ਇਸ ਪਿੰਡ ਦੇ ਹਾਲਾਤ ਵੇਖ ਕੇ ਤੁਹਾਨੂੰ ਤਰਸ ਆ ਜਾਵੇਗਾ। ਅੱਜ ਤੱਕ ਇਸ ਪਿੰਡ 'ਚ ਕੋਈ ਬੱਸ ਤੱਕ ਨਹੀਂ ਆਈ ਹੈ ਤੇ ਨਾ ਹੀ ਕੋਈ ਸੁਵਿਧਾ ਕੇਂਦਰ ਬਣਿਆ ਏ। ਨੰਗੇ ਪੈਰ ਸਕੂਲ ਜਾਂਦੇ ਨੇ ਇੱਥੋਂ ਦੇ ਜਵਾਕ, ਪਾਣੀ 'ਚ ਚੱਲ ਕੇ ਦੇਖੋ ਕਿਵੇਂ ਨੰਗੇ ਪੈਰ ਸਕੂਲ ਜਾ ਰਹੇ ਨੇ ਬੱਚੇ। ਪੰਜਾਬ ਦਾ ਸਭ ਤੋਂ ਪਿਛੜਿਆ ਇਲਾਕਾ ਏ, ਨਾ ਹੀ ਹੁਣ ਤੱਕ ਕੋਈ ਸੜਕ ਬਣੀ ਹੈ ਤੇ ਨਾ ਹੀ ਇਸ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੈ। ਹੁਣ ਤੱਕ ਕੋਈ ਬੱਸ ਨਹੀਂ ਆਉਂਦੀ, ਹੱਥਾਂ ਦੇ ਵਿੱਚ ਬੂਟ ਚੁੱਕ ਕੇ ਸਕੂਲ ਜਾਂਦੇ ਨੇ ਇਹ ਨਿੱਕੇ ਨਿੱਕੇ ਬੱਚੇ। ਉੱਚ ਸਿੱਖਿਆ ਲੈਣ ਲਈ 20 ਕਿਲੋਮੀਟਰ ਦੂਰ ਜਾਣਾ ਪੈਂਦਾ। ਲੋਕਾਂ ਤੱਕ ਅੱਜ ਤੱਕ ਸਰਕਾਰੀ ਸੁਵਿਧਾਵਾਂ ਨਾ ਦੇ ਬਰਾਬਰ ਹੀ ਪਹੁੰਚੀਆਂ ਨੇ। ਸਰਕਾਰਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਕਿ ਇਸ ਪਿੰਡ ਦੀ ਨੁਹਾਰ ਸੁਧਰ ਜਾਵੇ ਤੇ ਲੋਕ ਤੁਹਾਨੂੰ ਦਵਾਵਾਂ ਦੇਣ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੁੱਕਾਨੇੜ ਦੀਆਂ, ਜਿੱਥੇ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਇੰਝ ਲੱਗਦਾ ਹੈ ਕਿ ਹਾਲੇ ਵੀ ਇਹ ਜਗ੍ਹਾ ਗੁਲਾਮੀ ਦੇ ਵਿੱਚ ਹੈ। ਇੰਨਾ ਜ਼ਿਆਦਾ ਪਿਛੜਿਆ ਹੋਇਆ ਇਲਾਕਾ ਹੈ ਕਿ ਦੇਖ ਕੇ ਤਰਸ ਆਉਂਦਾ ਹੈ। ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਸੁਪਨੇ ਤਾਂ ਵੱਡੇ ਨੇ ਪਰ ਪੈਂਡਾ ਬੜੀ ਦੂਰ ਹੈ। ਆਓ ਮੌਕੇ ਤੇ ਪੱਤਰਕਾਰ ਸਾਥੀ ਸਾਡੇ ਮੌਜੂਦ ਨੇ, ਕੀ ਹਾਲਾਤ ਨੇ ਇਸ ਪਿੰਡ ਦੇ ਜਾਣਦੇ ਹਾਂ। ਦੇਖੋ ਜੀ, ਇੱਥੇ ਤਾਂ ਬਹੁਤ ਸਾਰੀਆਂ ਸਮੱਸਿਆ ਸਾਡੇ ਕੰਢੀ ਏ, ਪੂਰੇ ਕੰਢੀ ਏਰੀਏ 'ਚ, ਸਾਡੇ ਇਕੱਲੇ ਪਿੰਡ ਦੀ ਗੱਲ ਨਹੀਂ ਹੈ, ਪੂਰੇ ਕੰਢੀ ਏਰੀਏ ਦੇ ਵਿੱਚ ਇੰਨੀਆਂ ਕੁ ਸਮੱਸਿਆ ਕਿ ਕਹਿੰਦੇ ਆ ਨਾ ਸਾਡਾ ਹਿੰਦੁਸਤਾਨ ਬਾਹਰਲੀ ਕੰਟਰੀਆਂ ਤੋਂ 50 ਸਾਲ ਪਿੱਛੇ ਹੈ। ਅਸੀਂ ਸਾਡੇ ਕੰਢੀ ਏਰੀਆ ਜਿਹੜਾ ਪੂਰਾ ਆਪਣੇ ਹਿੰਦੁਸਤਾਨ ਨਾਲੋਂ 50 ਸਾਲ ਪਿੱਛੇ ਹੈ। ਅਸੀਂ ਆਪਣੇ ਸ਼ਹਿਰਾਂ ਨਾਲੋਂ 50 ਸਾਲ ਪਿੱਛੇ ਹੈ। ਸਾਡੇ ਕੰਢੀ ਏਰੀਆ 'ਚ ਕੋਈ ਸਰਕਾਰੀ ਇਹੋ ਸਹੂਲਤਾਂ ਨਹੀਂ ਹੈ, ਕੋਈ ਮੈਡੀਕਲ ਦੀ ਨਹੀਂ ਹੈ, ਕੋਈ ਬਿਜਲੀ ਦੀ ਇੰਨੀ ਨਹੀਂ ਹੈ, ਮਤਲਬ ਟੋਟਲ ਟੈਕਨੋਲੋਜੀ ਤੋਂ ਸਭ ਤੋਂ ਪਿੱਛੇ ਹਾਂ ਅਸੀਂ। ਹੁਣ ਇੱਥੇ ਔਨਲਾਈਨ ਜਿਹੜਾ ਕੰਮ ਚੱਲਦਾ ਬੱਚਿਆਂ ਦਾ ਮੋਬਾਈਲਾਂ 'ਤੇ, ਸਾਡੇ ਇੱਥੇ ਪਿੰਡ ਉਹ ਵੀ ਨਹੀਂ ਚੱਲਦਾ ਢੰਗ ਨਾਲ, ਬੱਚਿਆਂ ਨੂੰ ਉੱਪਰ ਥੱਲੇ ਜਾਣਾ ਪੈਂਦਾ ਕੰਮ ਕਰਨ ਲਈ। ਹਾਂਜੀ ਬਿਲਕੁਲ, ਸਾਡੇ ਇੱਥੇ ਸਕੂਲ ਪਿੰਡ ਕਾਫੀ ਏਰੀਏ 'ਚ ਫੈਲਿਆ ਹੋਇਆ, ਬੱਚਿਆਂ ਨੂੰ ਖੱਡਾਂ ਲੰਘ ਕੇ ਹੀ ਆਉਣਾ ਪੈਂਦਾ ਸਕੂਲ ਤੱਕ, 4-5 ਕਿਲੋਮੀਟਰ ਤੱਕ ਪੈਦਲ ਆਉਣਾ ਪੈਂਦਾ। ਅਤੇ ਵਾਟਰ ਸਪਲਾਈ ਦਾ ਵੀ ਮਾੜਾ ਹੀ ਹਾਲ ਹੈ ਜੀ, ਲਾਈਟ ਹੋਈ ਇੱਥੇ 2-2 ਦਿਨ ਲਾਈਟ ਨਹੀਂ ਆਉਂਦੀ ਜੀ। ਜੇ ਲਾਈਟ ਹੋਈ ਤਾਂ ਪਾਣੀ ਆਊਗਾ, ਲਾਈਟ ਹੋਈ ਤਾਂ ਸਾਡੇ ਫੋਨ ਚੱਲਣਗੇ, ਅਤੇ ਉਹ ਵੀ ਅੱਧੇ ਪਿੰਡ 'ਚ ਹੈ ਰੇਂਜ, ਸਾਡੇ ਇੱਕ ਟਾਵਰ ਲੱਗਿਆ ਹੋਇਆ, ਉਹ ਅੱਧੇ ਕੁ ਪਿੰਡ ਦੇ ਵਿੱਚ ਉਹਦਾ ਨੈਟਵਰਕ ਹੈਗਾ, ਅੱਧੇ ਕੁ ਪਿੰਡ 'ਚ ਹੈ ਨਹੀਂ। 35 ਕਿਲੋਮੀਟਰ ਹੁਸ਼ਿਆਰਪੁਰ ਜੀ, 40 ਕਿਲੋਮੀਟਰ ਨਹੀਂ ਜੀ, ਨਹੀਂ ਬਿਲਕੁਲ ਨਹੀਂ, ਨਹੀਂ ਜੀ। ਹੋਸਪਿਟਲ ਬਣਿਆ ਲੇਕਿਨ ਉੱਥੇ ਕੋਈ ਡਾਕਟਰ ਨਹੀਂ, ਜਦੋਂ ਦਾ ਹੋਸਪਿਟਲ ਬਣਿਆ ਉਦੋਂ ਦਾ ਖੰਡਰ ਪਿਆ, ਉੱਥੇ ਕੋਈ ਡਾਕਟਰ ਨਹੀਂ, ਕੋਈ ਕੁਛ ਨਹੀਂ ਹੈਗਾ। ਗ੍ਰਾਂਟਸ ਆਉਂਦੀਆਂ ਗਲੀਆਂ ਦੀ ਆਉਂਦੀਆਂ, ਉਹਨਾਂ ਨੂੰ ਕੀ ਕਰਨਾ ਜੀ, ਗਲੀਆਂ ਤਾਂ ਹੁੰਦੀਆਂ ਨੇ ਜੇ ਪਿੱਛੋਂ ਮੇਨ ਹੀ ਹੈ ਨਹੀਂ ਸਾਡੇ ਕੋਲ, ਫਸਲ ਹੁਣ ਹੈ ਨਹੀਂ ਜੀ, ਬਿਲਕੁਲ ਹੈ ਨਹੀਂ। ਕੀ ਕਾਰਨ ਹੈ ਜਿਹੜਾ ਫਸਲ ਨਾ ਹੋਣਾ? ਜੰਗਲੀ ਜਾਨਵਰ ਤੇ ਅਵਾਰਾ ਪਸ਼ੂ, ਬਾਂਦਰ, ਮਤਲਬ ਇਹ ਸਾਰੀ ਚੀਜ਼ਾਂ, ਇਹਨਾਂ ਦੇ ਕਰਕੇ ਫਸਲ ਸਾਰੀ ਡੈਡ ਹੋ ਚੁੱਕੀ ਹੈ, ਬਿਲਕੁਲ ਬੰਦ ਹੋ ਚੁੱਕੀ ਹੈ ਜੀ। ਸਰਕਾਰ ਤੋਂ ਤਾਂ ਬਹੁਤ ਸਾਰੀਆਂ ਮੰਗਾਂ ਜੀ, ਬਹੁਤ ਸਾਰੀਆਂ ਮੰਗਾਂ, ਅਤੇ ਜੇ ਇੱਕ ਇੱਕ ਕਰਕੇ ਵੀ ਪੂਰੀ ਹੋ ਜਾਏ ਤਾਂ ਵਧੀਆ ਗੱਲ ਹੈ ਜੀ। ਨਹੀਂ, ਐਮ ਪੀ ਤਾਂ ਜੀ ਮੇਰੀ 40+ ਸਾਲ ਉਮਰ ਹੋ ਗਈ ਹੈ, ਇਹ ਤੋਂ ਮੈਂ ਐਮ ਪੀ ਤਾਂ ਕਦੇ ਆਪਣੇ ਪਿੰਡ 'ਚ ਦੇਖੇ ਹੀ ਨਹੀਂ, ਸਾਡੇ ਹੁੰਦੇ ਇੱਥੇ ਕਦੇ ਨਹੀਂ ਆਏ। ਐਮ ਐਲ ਏ ਆਉਂਦੇ ਆ ਇਲੈਕਸ਼ਨ ਦੇ ਟਾਈਮ, ਸਾਰੇ ਹੀ ਆਉਂਦੇ ਆ, ਅਤੇ ਉਸ ਤੋਂ ਬਾਅਦ ਆਉਂਦੇ ਆ ਥੋੜ੍ਹਾ ਬਹੁਤ ਕਹਿ ਜਾਂਦੇ ਆ, ਲੇਕਿਨ ਉਹ ਜਿੰਨਾ ਕਹਿ ਜਾਂਦੇ ਆ ਦੇ ਜਾਂਦੇ ਉਹਨਾਂ ਹੁੰਦਾ ਨਹੀਂ ਹੈ, ਠੀਕ ਹੈ। ਇਲੈਕਸ਼ਨ ਦੇ ਟਾਈਮ ਜਿੰਨੀਆਂ ਗੱਲਾਂ ਹੁੰਦੀਆਂ, ਬਾਅਦ 'ਚ ਗਰਾਊਂਡ ਦੇ ਵਿੱਚ ਇੰਨਾ ਕੁਛ ਨਹੀਂ ਹੁੰਦਾ। ਬਿਲਕੁਲ ਜੀ, ਕੁੱਕਾਨੇੜ ਗਿਆ ਪੂਰਾ ਕੰਢੀ ਏਰੀਆ ਸਾਡੇ, ਤੁਸੀਂ ਪੂਰੇ ਕੰਢੀ ਏਰੀਆ ਦੇ ਪਿੰਡਾਂ 'ਚ ਘੁੰਮੋ ਤਾਂ ਸਾਰੇ ਤੁਹਾਨੂੰ ਪਤਾ ਲੱਗਣਾ ਕਿੰਨੀ ਮਾੜੀ ਹਾਲਤ ਹੈ ਪਿੰਡਾਂ ਦੀ। ਇੱਥੇ ਆਉਂਦਾ ਹੀ ਕੋਈ ਨਹੀਂ, ਇਹ ਦੂਰ ਦੇ ਬੰਦੇ ਆ, ਉਹ ਬਦਲੀ ਕਰਾ ਕੇ ਚਲੇ ਜਾਂਦੇ, ਜਾਂ ਆਉਂਦੇ ਵੀ ਆ 15-20 ਦਿਨ ਮਹੀਨਾ ਰਹੇ ਫਿਰ ਚਲੇ ਜਾਂਦੇ ਉਹ। ਅਤੇ ਪਸ਼ੂਆਂ ਦੇ ਇਲਾਜ ਲਈ ਕਿੱਥੇ ਜਾਣਾ ਪੈਂਦਾ ਤੁਹਾਨੂੰ ਫਿਰ? ਸਾਨੂੰ ਕਿਤੇ ਦੌਲਤਪੁਰ ਜਾਣਾ ਪੈਂਦਾ, ਕਦੇ ਹਰਿਆਣਾ ਢੋਲਵੇ ਵਾਲਾ ਪਾਸਾ, ਉੱਥੋਂ ਡਾਕਟਰ ਉੱਥੇ ਦੇਣੇ ਪੈਂਦੇ ਸਾਨੂੰ। ਦੇਖਣ ਨੂੰ ਮਿਲਿਆ ਕਿ ਸੜਕ ਜਿਹੜੀ ਪਾਣੀ ਦੇ ਵਿੱਚੋਂ ਦੀ ਨਿਕਲ ਕੇ ਆਉਂਦੀ ਆ। ਹਾਂਜੀ ਹਾਂਜੀ, ਆ ਸੜਕ ਜਿਹੜੀ ਆ ਦੇਖ ਲਓ, ਹੈ ਹੀ ਨਹੀਂ। ਮੈਂ ਕਹਿੰਦਾ ਖੱਡ ਦੇ ਬੰਨੇ ਬੰਨੇ ਸੜਕ ਬਣ ਜਾਂਦੇ, ਸਾਰੇ ਤਾਂ ਵਧੀਆ, ਬੱਚੇ ਨੂੰ ਵੀ ਜਾਣ ਨੂੰ ਸੌਖਾ ਅਤੇ ਤੁਹਾਨੂੰ ਵੀ ਜਾਣ ਨੂੰ ਸੌਖਾ, ਗੱਡੀਆਂ ਗੁੱਡੀਆਂ ਆਉਣ ਜਾਣ ਵਾਸਤੇ ਜਿਹੜੀ ਬਾਹਰੋਂ ਦੁਨੀਆਂ ਆਉਂਦੀ ਹੈ ਉਹਨਾਂ ਵਾਸਤੇ ਵੀ ਸੌਖਾ ਹੀ ਹੈ। ਕਿਤੇ ਸਾਨੂੰ 2-3 ਕਿਲੋਮੀਟਰ ਤੱਕ ਅਸੀਂ ਪਾਣੀ 'ਚ ਧੁੰਨ ਪੈਂਦੇ ਸੀ, ਕਦੀ ਸ਼ੂਜ਼ ਵੀ ਗਿੱਲੇ ਹੋ ਜਾਂਦੇ ਸੀ, ਕਦੀ ਪਾਣੀ ਇੰਨਾ ਜ਼ਿਆਦਾ ਆਉਂਦਾ ਸੀ, ਫਿਰ ਅਸੀਂ ਸਕੂਲੇ ਹੀ ਰੁਕ ਜਾਂਦੇ ਹਾਂ।
ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤੁਸੀਂ? ਅਸੀਂ ਇਹ ਮੰਗ ਕਰਦੇ ਕਿ ਸੜਕ ਬਣਾਈ ਜਾਵੇ। ਫਿਲਹਾਲ ਤਾਂ ਸਰਕਾਰੀ ਸਹੂਲਤ ਕੋਈ ਨਹੀਂ ਹੈ ਇੱਥੇ। ਟਰਾਂਸਪੋਰਟੇਸ਼ਨ ਦੀ ਮੇਨ ਪ੍ਰੋਬਲਮ, ਹੈਲਥ ਸਰਵਿਸਿਜ਼ ਦੀ ਮੇਨ ਪ੍ਰੋਬਲਮ, ਅਤੇ ਇੱਕ ਬੱਚਿਆਂ ਦਾ ਸਕੂਲ ਦਾ ਹੈ ਟਰਾਂਸਪੋਰਟੇਸ਼ਨ ਕਰਕੇ ਕੋਈ ਵੀ ਮਤਲਬ ਨਾ ਖੱਡ ਲੰਘ ਕੇ ਆਉਣਾ ਪੈਂਦਾ ਬੱਚਿਆਂ ਨੂੰ, ਕੋਈ ਇੱਥੇ ਸਾਧਨ ਨਹੀਂ ਹੈ। ਇੱਥੇ 20 to 25 ਕਿਲੋਮੀਟਰ ਅਗਰ ਹੁਸ਼ਿਆਰਪੁਰ ਅਤੇ 45-50 ਕਿਲੋਮੀਟਰ ਸਕੂਲ, ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਹੈ। ਪ੍ਰਾਇਮਰੀ ਸਕੂਲ 'ਚ ਪਿਛਲੇ 2 ਸਾਲ ਤੋਂ ਪਰਮਾਨੈਂਟ ਟੀਚਰ ਕੋਈ ਨਹੀਂ, ਕੋਈ ਸਾਧਨ ਨਹੀਂ। ਜਿਹੜੇ ਤਾਂ ਬੱਚਿਆਂ ਕੋਲ ਆਪਣੇ ਹੈ ਉਹ ਜਾਂਦੇ ਆ, ਬਾਕੀ ਪ੍ਰੋਬਲਮ ਹੀ ਹੈ। ਪੈਦਲ ਸਮਝ ਲਓ 15 ਕਿਲੋਮੀਟਰ ਪੈਦਲ ਜਾਣਾ ਪੈਂਦਾ ਉਹਨਾਂ ਨੂੰ। ਇੱਕ ਟਾਈਮ ਹੈਗਾ ਬੱਸ ਦਾ ਸਰਕਾਰੀ, ਬਸ ਉਹ ਸਵੇਰੇ ਜਾਂਦੀ ਹੈ, ਸ਼ਾਮ ਨੂੰ ਆਉਂਦੀ, ਰਾਤ ਦਿਨੇ ਕੋਈ ਹੈ ਨਹੀਂ। ਹਾਂਜੀ, ਸਾਨੂੰ ਮੁਸ਼ਕਲਾਂ ਤਾਂ ਬਥੇਰੀਆਂ ਹੈ ਜੀ। ਰਸਤਾ ਨਹੀਂ ਹੈ, ਰਸਤੇ ਦੀ ਬੜੀ ਮੁਸ਼ਕਲ ਹੈ ਬੱਚਿਆਂ ਵਾਸਤੇ, ਸਕੂਲ ਜਾਣਾ, ਉਹ ਸਕੂਲ ਦੂਰ ਹੈਗਾ। ਬਾਕੀ 10ਵੀਂ ਤੋਂ ਬਾਅਦ ਪਾਣੀ ਹੈ, ਪਾਣੀ ਦੇ ਵਿੱਚ ਹਰ ਵੇਲੇ ਲੰਘਣਾ ਪੈਂਦਾ, ਪਾਣੀ ਲੰਘ ਕੇ ਜਾਂਦੇ ਹਾਂ ਅਸੀਂ, ਕੋਈ ਬੱਸ ਨਹੀਂ ਹੈ। ਬਾਕੀ ਹੋਰ ਵੀ ਬੜੀਆਂ ਸਮੱਸਿਆ ਹੈ, ਕੋਈ ਡਾਕਟਰਾਂ ਦੀ ਵੀ ਸਮੱਸਿਆ ਹੈ ਇੱਥੇ, ਬੜੀ ਭਾਰੀ ਮੁਸ਼ਕਲ ਹੈ। ਰਾਤ ਨੂੰ ਫਿਰ ਉਦਾਂ ਹੀ ਕਿਸੇ ਤੋਂ ਗੱਡੀ ਲਓ ਤਾਂ ਗੱਡੀ ਦੇ ਵਿੱਚ ਲੈ ਕੇ ਜਾਵੋ, ਤਾਂ ਸਾਨੂੰ ਕਿੰਨੇ 30-40 ਕਿਲੋਮੀਟਰ ਤਾਂ ਹੈਗਾ ਹੀ ਹੈ ਨਾ। ਅਸੀਂ ਸਭ ਕੁਛ ਮੰਗ ਕਰਦੇ ਹਾਂ, ਜਿਹੜਾ ਮੈਂ ਬੋਲਿਆ ਹੈ ਸਾਨੂੰ ਚਾਹੀਦਾ ਹੈ, ਮਿਲਣਾ ਚਾਹੀਦਾ ਇੱਥੇ, ਬੜੀ ਮੁਸ਼ਕਲ ਲੋਕਾਂ ਦੇ ਲੋਕਾਂ ਵਾਸਤੇ। ਸਕੂਲ ਜਾਂਦੀਆਂ ਤਾਂ ਤੁਰ ਕੇ ਵੀ ਆਉਂਦੀਆਂ ਕਈ ਵਾਰੀ, ਬੂਟਾਂ ਦੇ ਟਾਈਮ ਕੁਛ ਵੀ ਨੀ ਜੀ, ਕੋਈ ਸਮਾਧਾਨ ਨੀ ਕਰਦੇ, ਕੋਈ ਆਉਂਦਾ ਨੀ ਮੁੜ ਕੇ, ਬਸ ਇੱਕ ਵਾਰੀ ਆ ਜਾਂਦੇ ਵੋਟਾਂ ਲੈਣ ਦੇ ਵੇਲੇ, ਉਸ ਤੋਂ ਬਾਅਦ ਕੋਈ ਨੀ।